ਇੱਕ ਬੇਨਤੀ ਮੈਂ ਵੀ ਕਰ ਦੇਵਾਂ। ਇਹ ਹੈ ਨੀ ਜੀ, ਪ੍ਰਮਾਨੀਆ ਕਹਿ ਕੇ ਇੱਥੇ 1318 ਸ਼ਾਂਤੀ ਸਮਾਪਤੀ ਹੈ ਤੇ ਬਾਬਾ ਸੰਤਾ ਸਿੰਘ ਜੀ 96 ਕਰੋੜੀ ਜੀ ਨੇ ਸ਼ਾਸਤਰ ਨਾਮ ਵਾਲਾ ਨਾਮੇ ਬਾਣੀ ਲਿਖ ਕੇ ਇੱਕ ਕੁਝ ਹੋਰ ਵੀ ਉਹਦੇ 'ਚ ਸ਼ਬਦ ਪਾਏ ਅਤੇ ਦੁਸਹਿਰਾ ਮਹਾਤਮ ਨਾਮੇ ਪੋਥੀ ਛਾਪੀ ਸੀ, ਉਹ ਸ਼ਾਇਦ ਨਿਹੰਗ ਸਿੰਘਾਂ ਪਾਸ ਹੋਵੇ। ਇਸ ਵਾਸਤੇ ਬੇਨਤੀ ਕਰ ਰਹੇ ਹਾਂ ਵੀ ਮੂਹਰੇ ਦੁਸਹਿਰਾ ਆ ਰਿਹਾ, ਦੁਸਹਿਰੇ 'ਤੇ ਰਾਮ ਦਾ ਅਤੇ ਰਾਵਣ ਦੀ ਕਥਾ ਹੀ ਚੱਲਦੀ ਹੈ, ਪਰ ਖਾਲਸੇ ਦੇ ਵਿੱਚ ਦੁਸਹਿਰਾ ਮਹਾਤਮ ਕਿਵੇਂ ਦੁਸਹਿਰਾ ਮਨਾਉਣਾ ਉਹ ਅੰਤਰ ਹੈ, ਕਿਉਂਕਿ ਖਾਲਸੇ ਦਾ ਰਹਿਣੀ ਵੀ ਸਹਿਣੀ ਵੀ ਦਿਖਾਵਾ ਵੀ ਬਾਣਾ ਵੀ ਸਬਾਣੀ ਵੀ ਖਾਲਸੇ ਦਾ ਵੱਖਰਾ ਹੀ ਹੈ, ਸਾਰਾ ਬੋਲਬਾਲਾ ਸਾਰਾ ਖਾਲਸੇ ਦਾ ਵੱਖਰਾ ਹੀ ਹੈ। ਇਸ ਕਰਕੇ ਦੁਸਹਿਰੇ ਦੇ ਸਮੇਂ 'ਤੇ ਖਾਲਸਾ ਸ਼ਾਸਤਰ ਪੂਜਨ ਕਰਦਾ, ਸ਼ਾਸਤਰ ਪੂਜਨ ਸਮੇਂ ਜੇ ਹੋਰ ਨਾ ਹੋ ਸਕੇ ਤੇ 10 ਦਿਨ ਇਹ ਜਿਹੜੀ ਹੈ ਥੋੜ੍ਹੀ ਥੋੜ੍ਹੀ ਕਰਕੇ ਸ਼ਾਸਤਰ ਨਾਮ ਵਾਲਾ ਨਾਮ ਬਾਣੀ ਪੜ੍ਹੀ ਜਾਵੇ ਅਤੇ ਜਿਤਨੇ ਵੀ ਸ਼ਾਸਤਰ ਘਰ ਵਿੱਚ ਹੋਣ, ਕੁਹਾੜੀ ਗੰਡਾਸਾ ਵਗੈਰਾ ਜਿਹੋ ਜਿਹਾ ਕੋਈ ਵੀ ਸ਼ਾਸਤਰ ਕਿਸੇ ਦੇ ਘਰ ਹੋਵੇ, ਉਹ ਸਾਰੇ ਸ਼ਾਸਤਰਾਂ ਦੀ ਸੇਵਾ ਕਰਕੇ ਮਾਂਜ ਕੇ ਪੰਜਵਾਂ ਲਾ ਕੇ ਅਤੇ ਫਿਰ ਧੂਫ ਦੇ ਕੇ ਇਹ ਬਾਣੀ ਪੜ੍ਹੀ ਜਾਵੇ ਅਤੇ ਇਸ ਤਰ੍ਹਾਂ ਸ਼ਾਸਤਰ ਪੂਜਨ ਕਰਨਾ ਹੈ 10 ਦਿਨੀ। ਜੇ 10 ਦਿਨ ਕੋਈ ਨਾ ਕਰ ਸਕੇ ਤਾਂ ਦੁਸਹਿਰੇ ਵਾਲੇ ਦਿਨ ਤਾਂ ਜ਼ਰੂਰੀ ਕਰਨ ਹੈ ਨਾ ਖਾਲਸੇ ਨੇ, ਇਹ ਬੇਨਤੀ ਹੈ। ਖਾਲਸੇ ਦਾ ਦੁਸਹਿਰਾ ਹੁੰਦਾ ਇਉਂ,